ਜੀ ਸਾਰਿਆਂ ਨੂੰ ਹੁਣ ਆਪਣੀ ਅੱਜ ਦਾ ਵਲੌਗ ਸਟਾਰਟ ਕਰਦੇ ਹਾਂ ਆਪਾਂ ਤਾਂ ਅੱਜ ਵੀ ਆਪਾਂ ਕਰ ਲੈਣੇ ਆ ਸਕੂਲ ਰੂਟੀਨ ਵਲੌਗ ਤੁਸੀਂ ਦੇਖ ਹੀ ਸਕਦੇ ਹੋ ਮੈਂ ਤਿਆਰ ਹੋ ਗਿਆ ਪਹਿਲੇ ਬੂਟ ਪਾਉਣੇ ਰਹਿੰਦੇ ਆ ਕਿ ਬਸ ਫਿਰ ਬੂਟ 'ਤੇ ਜਰਾਬਾਂ ਲਾਈਆਂ ਫਿਰ ਪਾਉਂਦੇ ਹਾਂ ਕਿ ਮੈਂ ਤੁਹਾਨੂੰ ਸਾਰਾ ਅੱਜ ਦਾ ਰੂਟੀਨ ਦਿਖਾਊਂਗਾ ਤੁਸੀਂ ਦੇਖ ਸਕਦੇ ਹੋ ਕਿ ਮੈਂ ਸਵੇਰੇ ਸਵੇਰੇ ਕਿਵੇਂ ਤਿਆਰ ਹੁੰਦਾ ਵਾ ਕਿਵੇਂ ਨਹੀਂ ਠੀਕ ਆ ਐਂ ਤਾਂ ਮੈਂ ਸ਼ੁਰੂ ਤੋਂ ਦਿਖਾਉਣਾ ਸੀ ਪਰ ਥੋੜ੍ਹਾ ਉਹ ਹੋ ਗਿਆ ਤਾਂ ਮੈਂ ਨਹੀਂ ਖਾ ਪਾਇਆ ਥੋੜ੍ਹਾ ਇਸ਼ੂ ਹੋ ਗਿਆ ਸੀ ਫੋਨ ਮੇਰਾ ਮਤਲਬ ਫੋਨ ਗਾਈਜ ਫੋਨ 'ਚ ਨਾ ਇਹਦੇ ਉਹ ਸਿਮ ਕੱਟਤੀ ਸੀ ਪਰ ਇਹਦੇ ਨਾ ਰਾਤ ਨਾ ਨੈੱਟ ਮੁੱਕ ਗਿਆ ਸੀ ਉਹਨਾਂ ਦਾ ਫਿਰ ਉਹ ਦੂਜੇ ਫੋਨ 'ਚ ਪਾ ਕੇ ਦੂਜੇ ਫੋਨ ਵਾਲੀ ਇਹ 'ਚ ਸਿਮ ਪਾਤੀ ਸੀ ਉਹਦਾ ਕੈਮਰਾ ਬਹੁਤ ਖਰਾਬ ਆ ਮਤਲਬ ਉਹਦੀ ਡਿਟੇਲ ਸਾਰੀ ਇਹ 'ਚ ਆ ਗਈ ਤਾਂ ਉਹਦੀ ਸਟੋਰੇਜ ਭਰੀ ਹੋਈ ਆ ਗਈ ਹੈ ਨਾ ਮੈਂ ਕਿਹਾ ਵਲੌਗ ਕਿਉਂ ਨਹੀਂ ਬਣ ਰਿਹਾ ਹੈ ਨਾ ਤਾਂ ਹੀ ਯਾਰ ਹੁਣ ਮੈਂ ਸਿਮ ਬਦਲੀ ਹੈਗੀ ਤਾਂ ਹੁਣ ਮੈਂ ਵਲੌਗ ਬਣਾਉਂਦਾ ਵਾਗਾ ਅਤੇ ਮੈਂ ਸੋਚਿਆ ਸੀ ਮਤਲਬ ਬੰਦਾ ਜੋ ਸੋਚਦਾ ਉਹ ਤਾਂ ਹੁੰਦਾ ਨਹੀਂ ਯਾਰ ਹੈ ਨਾ ਤਾਂ ਚਲੋ ਹੁਣ ਬੂਟ ਵਗੈਰਾ ਪਾਉਂਦੇ ਹੈਗੇ ਫਿਰ ਤੁਹਾਨੂੰ ਮਿਲਦੇ ਆ ਤੁਸੀਂ ਦੇਖ ਸਕਦੇ ਮੈਂ ਬਾਲ ਵਗੈਰਾ ਖੜ੍ਹੀ ਕਰ ਲਏ ਹੁਣ ਤੁਸੀਂ ਦੇਖੋ ਕਿ ਮੈਂ ਪਾਉਂਦਾ ਬੂਟ ਸ਼ੂਜ਼ ਪਾਉਂਦੇ ਹਾਂ ਸ਼ੂਜ਼ ਲੱਭਦੇ ਫਿਰ ਤੁਹਾਨੂੰ ਮਿਲ ਫਿਰ ਸੁਣਾ ਮੈਂ ਬੂਟ ਵਗੈਰਾ ਕੱਢ ਲਿਆ ਗੇ ਸ਼ੂਜ਼ ਕੱਢ ਲਿਆ ਮੈਂ ਚਲੋ ਇਹਨੂੰ ਯਾਰ ਅੰਦਰ ਮਾਰ ਦਿਆਂਗੇ ਚਲੋ ਗਾਈਸ ਹੁਣ ਮੈਂ ਬੂਟ ਵਗੈਰਾ ਕੱਢ ਲਿਆ ਹੁਣ ਇਹਨਾਂ ਨੂੰ ਸਹੀ ਕਰਦੇ ਹਾਂ ਬਸ ਇੱਕ ਮਹੀਨੇ ਤੋਂ ਪਏ ਨੇਗੇ ਠੀਕ ਆ ਇੱਕ ਮਹੀਨੇ ਤੋਂ ਪਏ ਮੈਂ ਪਾਉਂਦਾ ਵੀ ਨਹੀਂ ਇਹਨਾਂ ਨੂੰ ਅੱਜ ਮੈਂ ਕਿਹਾ ਸਕੂਲ ਡਰੈਸ ਨਾਲ ਪਾ ਕੇ ਚੱਲਦੇ ਹਾਂ ਚਲੋ ਹੁਣ ਪਾਉਂਦੇ ਵਗੈਰਾ ਫਿਰ ਤੁਹਾਨੂੰ ਮਿਲਦੇ ਹਾਂ ਤਾਂ ਚਲੋ ਹੁਣ ਸ਼ੂਜ਼ ਚੱਕਦੇ ਹਾਂ ਪਾਉਂਦੇ ਹਾਂ ਕੈਮਰਾ ਵਗੈਰਾ ਸੈੱਟ ਕਰਦੇ ਹਾਂ ਕੈਮਰਾ ਵਗੈਰਾ ਉਹਦੇ ਸੈੱਟ ਕਰਦੇ ਹੈਗੇ ਇਮਰਾਨ ਤਾਂ ਕਈ ਗੱਲ ਦੇਖ ਚੁੱਕਿਆ ਹੋਇਆ ਮੈਂ ਸ਼ੂਜ਼ ਵਗੈਰਾ ਪਾਉਂਦਾ ਵਾ ਫਿਰ ਤੁਹਾਨੂੰ ਮਿਲਦਾ ਕਾਫੀ ਲੋਕ ਕਹਿੰਦੇ ਕਿ ਤੁਸੀਂ ਤੁਹਾਡੇ ਵਲੌਗ ਵਧੀਆ ਨਹੀਂ ਹੁੰਦੇ ਕਾਫੀ ਲੋਕ ਕਹਿੰਦੇ ਹਾਂਜੀ ਕਰਕੇ ਹਰ ਇੱਕ ਨੂੰ